नाज़रीन, आज मैं एक ऐसी शख्सियत के पास मौजूद हूँ जिन्होंने जवानी के अंदर ही जो है वो बहुत सारे ऐसे नशेबो फराज देख लिए जिसके बाद पुलिस का और अंडरवर्ल्ड का टैग भी इनके साथ लगता रहा। भट्ट फैमिली जो है, टीफी भट्ट फैमिली और ट्रका वाला फैमिली, इन दोनों के लिए आगे आने वाले हालात किस तरीके से बेहतर होंगे? कौन इसमें रुकावट बना हुआ? जड़े मुफाद परस्त जड़े इन्हों के बीच बड़े हुए हैं, इन्हों के बन के ਉਤੋਂ ਇਹਨਾਂ ਦੇ ਨੇ ਵਿੱਚੋਂ ਇਹਨਾਂ ਦੇ ਦੁਸ਼ਮਣ ਨੇ। ਲਾਵਾ ਸਾਹਿਬ, ਜਿਹੜੇ ਹਾਲੇ ਤੱਕ 4 ਮਰਡਰ ਹੋ ਚੁੱਕੇ ਨੇ, ਹਾਂ, ਇਹਨਾਂ ਮਰਡਰਾਂ ਦਾ ਜ਼ਿੰਮੇਦਾਰ ਕਿਹਨੂੰ ਸਮਝਦੇ ਹੋ? ਮੈਂ ਤੀਫੀ ਬੱਟ ਨੂੰ। ਤੀਫੀ ਜ਼ਿੰਦਾ ਹੋਵੇ ਤੇ ਉਹਦੇ ਘਰ ਲਿਆਂ ਨੂੰ ਕੋਈ ਕੁਝ ਕਹਿ ਜਾ। ਅੱਛਾ, ਅੱਲਾ ਦਾ ਜ਼ਾਬ ਆਇਆ, ਇਹਨੇ ਗਲਤੀ ਕੀਤੀ, 4 ਬੰਦੇ ਮਰ ਕੇ, ਇਹ ਜ਼ਿੰਮੇਵਾਰ 4 ਦਾ। ਤੀਫੀ ਬੱਟ ਤੇ ਤਾਜਤ ਸੀ, ਇਹ ਬਣ ਗਿਆ ਬੰਦਿਆਂ ਦਾ ਬਲਾਜ ਦਾ। ਇਹਨੇ 5 ਕਰੋੜ ਰੁਪਇਆ ਉਹਦਾ ਮੁੱਲ ਲਾ ਦਿੱਤਾ ਤੇ ਐਸਨ ਸ਼ਾਹ ਅੱਗੋਂ ਵੇਚਣ ਦਿਓ ਰੁਪਇਆ ਲਾਲਚ ਆ ਕੇ, ਤੇ ਫਿਰ ਲਾਲਚੀ ਕਹਿੰਦੇ ਨੇ ਨਹੀਂ ਹੋਣਾ ਚਾਹੀਦਾ, ਉਹਦਾ ਹੱਲ ਨਹੀਂ, ਉਹਨੂੰ ਜੜ ਤੋਂ ਮੁਕਾਉਣਾ ਚਾਹੀਦਾ। ਜੜ ਕੀ ਹੁੰਦੀ? ਜੜ ਤਾਂ ਤੀਫੀ ਬੱਟ, ਤੇ ਜਿੰਨਾ ਮੈਨੂੰ ਬਲਾਜ ਦਾ ਦੁੱਖ ਹੋਇਆ ਇੰਨਾ ਹੀ ਮੈਨੂੰ ਜਵੇਰ ਬੱਟ ਦਾ ਹੋਇਆ। ਅਸਲਾਮ ਵਾਲੇਕੁਮ ਨਾਜ਼ਰੀਨ, ਆਪ ਦੇਖ ਰਹੇ ਮੇਰਾ ਫੇਸਬੁੱਕ ਔਰ ਯੂਟਿਊਬ ਪੇਜ ਡੇਲੀ ਪੁਆਇੰਟ। ਨਾਜ਼ਰੀਨ, ਆਜ ਮੈਂ ਇੱਕ ਐਸੀ ਸ਼ਖਸੀਅਤ ਕੇ ਪਾਸ ਮੌਜੂਦ ਹੂੰ ਜਿਨ੍ਹਾਂ ਜਵਾਨੀ ਕੇ ਅੰਦਰ ਹੀ ਜੋ ਹੈ ਵੋ ਬਹੁਤ ਸਾਰੇ ਐਸੇ ਨਸ਼ੇਬੋ ਫਰਾਜ ਦੇਖ ਲੀਏ ਜਿਸਕੇ ਬਾਅਦ ਪੁਲਿਸ ਕਾ ਔਰ ਅੰਡਰਵਰਲਡ ਕਾ ਟੈਗ ਵੀ ਇਨਕੇ ਸਾਥ ਲਗਤਾ ਰਹਾ। ਲੇਕਿਨ ਅਬ ਜੋ ਹੈ ਅੱਲਾ ਪਾਕ ਨੇ ਉਨਕੋ ਐਸੀ ਹਦਾਇਤ ਦੇ ਦੀ ਹੈ ਕਿ ਵੋ ਇੱਕ ਐਸਾ ਮਿਸ਼ਨ ਲੈ ਕੇ ਚੱਲ ਰਹੇ ਹੈ ਕਿ ਲਾਹੌਰ ਕਾ ਅਮਨ ਖਰਾਬ ਕਰਨੇ ਵਾਲੀ ਕੂਤ ਹੈ ਜੋ ਆਪਸ ਮੇਂ ਇੰਤਸ਼ਾਰ ਮੇਂ ਬਟੀ ਹੋਈ ਹੈ। ਇਸ ਵਕਤ ਦੋ ਬੜੀ ਫੈਮਿਲੀਜ਼ ਜਿਨਕਾ ਨਾਮ ਲਿਆ ਜਾ ਰਿਹਾ, ਜਿਸ ਪਰ ਪੁਲਿਸ ਵੀ ਸਿਰ ਪਕੜ ਕੇ ਬੈਠ ਗਈ ਹੈ ਕਿ ਇਸ ਮਾਮਲੇ ਕਾ ਕਿਆ ਬਣੇਗਾ। ਉਨ ਦੋ ਫੈਮਿਲੀਜ਼ ਕੋ ਸੁਲਹ ਕਰਵਾਨੇ ਕੇ ਖਵਾਹ ਹੈ। ਅਲਾਉਦੀਨ ਲਾਵਾ ਸਾਹਿਬ ਕੇ ਸਾਥ ਮੈਂ ਮੌਜੂਦ ਹੂੰ, ਤੋ ਇਨਸੇ ਬਾਤ ਕਰਤਾ ਔਰ ਇਨਸੇ ਤਫਸੀਲਨ ਵੋ ਗੁਫਤਗੂ ਕਰੇਂਗੇ ਕਿ ਇਸ ਫੈਮਿਲੀ ਕੋ ਇਸ ਵਕਤ ਕਿਆ ਕਰਨਾ ਚਾਹੀਏ। ਬੱਟ ਫੈਮਿਲੀ ਜੋ ਹੈ, ਤੀਫੀ ਬੱਟ ਫੈਮਿਲੀ ਔਰ ਟਰੱਕਾਂ ਵਾਲਾ ਫੈਮਿਲੀ, ਇਨ ਦੋਨੋਂ ਕੇ ਲੀਏ ਆਗੇ ਆਨੇ ਵਾਲੇ ਹਾਲਾਤ ਕਿਸ ਤਰੀਕੇ ਸੇ ਬਿਹਤਰ ਹੋਣਗੇ ਤੁਸੀਂ ਜਾਣਤੇ? ਅਸਲਾਮ ਵਾਲੇਕੁਮ ਸਰ। ਵਾਲੇਕੁਮ ਸਲਾਮ ਸਰ, ਮੈਨੇ ਆਪਕਾ ਇੱਕ ਇੰਟਰਵਿਊ ਵੀ ਦੇਖਿਆ ਔਰ ਮੈਨੇ ਵੋ ਸਭ ਸੇ ਹਟ ਕੇ ਇੱਕ ਚੀਜ਼ ਦੇਖੀ ਹੈ ਕਿ ਆਪ ਹੀ ਪਹਿਲੇ ਸ਼ਖਸ ਹੈ ਜੋ ਆ ਕੇ ਕਹਿ ਰਹੇ ਹੈ ਕਿ ਸੁਲਹ ਕੇ ਤਰੀਕੇਕਾਰ ਇਸ ਤਰ੍ਹਾਂ ਵੀ ਹੋ ਸਕਦੇ ਹੈ ਔਰ ਇਹ ਪੁਲਿਸ ਔਰ ਤਮਾਮ ਤਾਜਰ ਤਨਜ਼ੀਮੇ ਜੋ ਹੈ, ਦੋਨੋਂ ਫੈਮਿਲੀਜ਼ ਕੇ ਤਾਜਰ ਬਹੁਤ ਜਾਣਨੇ ਵਾਲੇ, ਉਨਕੇ ਸ਼ਾਲਮੀ ਜੋ ਹੈ ਵੋ ਸਾਰੇ ਤਾਜਰ ਬਰਾਦਰੀ ਹੈ ਔਰ ਉਨਕੀ ਅਕਬਰੀ ਮੰਡੀ ਔਰ ਤਮਾਮ ਯੇ ਲਗਤੀ ਹੈ, ਤੋ ਇਹ ਦੋ ਕੁਵਤੇ ਮਿਲ ਕੇ ਅਗਰ ਪੁਲਿਸ ਕੇ ਸਾਥ ਕੋਸ਼ਿਸ਼ ਕਰਤੀ ਹੈ ਤੋ ਇਨਕੀ ਸੁਲਹ ਹੋ ਸਕਦੀ ਹੈ। ਹੋ ਸਕਦੀ ਹੈ। ਤੋ ਸਰ, ਕੌਣ ਇਸ ਮੇਂ ਰੁਕਾਵਟ ਬਣਾ ਹੋਇਆ? ਜਿਹੜੇ ਮੁਫਾਦ ਪਰਸਤ ਜਿਹੜੇ ਇਹਨਾਂ ਦੇ ਵਿੱਚ ਬੜੇ ਨੇ, ਇਹਨਾਂ ਦੇ ਬਣ ਕੇ ਉੱਤੋਂ ਇਹਨਾਂ ਦੇ ਨੇ ਵਿੱਚੋਂ ਇਹਨਾਂ ਦੇ ਦੁਸ਼ਮਣ ਨੇ, ਉਹਨਾਂ ਦਾ ਮੁਫਾਦ ਸਿੱਧਾ ਹੋਇਆ। ਮਤਲਬ ਐਸਨ ਸ਼ਾਹ ਕੈਟੇਗਰੀ ਦੇ ਲੋਕ ਹੋਰ ਵੀ ਹੈ ਨੇ ਇਹਨਾਂ 'ਚ ਨੇ, ਇਹਨਾਂ ਦੇ ਵਿੱਚ ਨੇ। ਤੀਜਾ ਬੰਦਾ ਜਿਹੜਾ ਹੈ ਨਾ ਇਹਨਾਂ ਦੇ ਵਿੱਚ, ਇਹਨਾਂ ਦੇ ਬੰਦੇ ਨੇ, ਹੋਰ ਤੀਜਾ ਬੰਦਾ ਕੋਈ ਨਹੀਂ ਹੈਗਾ। ਤੇ ਕਿਸ ਤਰ੍ਹਾਂ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ? ਨੁਕਸਾਨ ਵੀ ਹੁੰਦੇ ਜਾ ਰਹੇ ਨੇ, ਇਹ ਉਹ ਤੀਸਰੇ ਬੰਦੇ ਨੂੰ ਜਿਹਨੂੰ ਤੁਸੀਂ ਪੁਆਇੰਟ ਆਊਟ ਕਰ ਰਹੇ ਹੋ ਕਿ ਇਹਨਾਂ ਦੇ ਵਿੱਚੋਂ ਹੀ ਕੋਤਾਂ ਨੇ, ਕੋਈ ਅਲੱਗਾ ਕੋਈ ਗੈਂਗਸਟਰ ਵਿੱਚ ਆ ਕੇ ਆਪਣਾ ਨਾਮ ਨਹੀਂ ਬਣਾਉਣਾ ਚਾਹ ਰਿਹਾ, ਇਹਨਾਂ ਦੇ ਵਿੱਚ ਨੇ ਲੋਕ, ਤੇ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਹ ਲੋਕ ਖਰਾਬੀ ਪੈਦਾ ਕਰ ਰਹੇ ਨੇ? ਕੌਣ ਦੱਸੇਗਾ ਉਹਨਾਂ ਨੂੰ? ਇਹਨਾਂ ਦੀ ਸੁਲਹ ਹੋ ਜਾਏ ਫਿਰ ਪਤਾ ਚੱਲੇਗਾ, ਜੇ ਸੁਲਹ ਨਾ ਹੋਈ ਫਿਰ ਕਿਵੇਂ ਪਤਾ ਚੱਲੇਗਾ? ਇਹ ਤਾਂ ਇੰਝ ਸਨ ਨਾ, ਅਤੇ ਜਦੋਂ ਵਿਗਾੜ ਪੈਂਦਾ ਨਾ ਬੰਦਾ ਇੰਝ ਹੁੰਦਾ, ਅਤੇ ਫਿਰ ਵਿੱਚ ਲੋਕ ਵੜ ਕੇ ਨਾ ਇੰਝ ਕਰ ਛੱਡਦੇ ਨੇ ਜਿਵੇਂ ਦਰਿਆ ਦੇ ਦੋ ਕੰਢੇ ਨੇ, ਮਿਲ ਹੀ ਨਹੀਂ ਸਕਦੇ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਦਰਿਆ ਦੇ ਕੰਢੇ ਬਣ ਜਾਣ, ਦਰਿਆ ਦਾ ਕੰਢਾ ਮਿਲ ਸਕਦੇ ਨੇ ਆਪਸ 'ਚ, ਉਹ ਇਹ ਚਾਹੁੰਦੇ ਨੇ। ਜੇ ਇਹ ਚਾਹਣਗੇ, ਇਹ ਡਿਫਜਨ ਲਾ ਕੇ ਦੋਵੇਂ ਪਾਰਟੀਆਂ, ਜੋ ਨੁਕਸਾਨ ਹੋ ਗਿਆ ਉਹਨੂੰ ਭੁੱਲ ਜਾਣ, ਅੱਗੋਂ ਬਚ ਜਾਣ, ਅਗਲੇ ਨੁਕਸਾਨ ਤੋਂ ਬਚ ਜਾਣ, ਇਹ ਚਾਹਣਗੇ ਤਾਂ
ਸੁਲਾਹ ਹੋ ਸਕਦੀ ਹੈ। ਜੇ ਆਪ ਹੀ ਨਹੀਂ ਚਾਹੁੰਗੇ ਤਾਂ ਵਿੱਚ ਬੜੇ ਲੋਕ ਮਦੇ ਲੈਣਗੇ। ਲਾਵਾ ਸਾਹਿਬ, ਜਿਹੜੇ ਹਾਲੇ ਤੱਕ 4 ਮਰਡਰ ਹੋ ਚੁੱਕੇ ਨੇ, ਹਾਂ, ਇਹਨਾਂ ਮਰਡਰਾਂ ਦਾ ਜ਼ਿੰਮੇਦਾਰ ਕਿਹਨੂੰ ਸਮਝਦੇ ਹੋ? ਮੈਂ ਤੀਫੀ ਬੱਟ ਨੂੰ। ਫੈਮਿਲੀ ਨਹੀਂ ਕਰ ਸਕਦੀ? ਨਾ ਨਾ, ਕੈਸਰ ਬੱਟ ਵੀ ਤੀਫੀ ਦੇ ਹੁੰਦਿਆਂ ਕਰ ਰਿਹਾ। ਕਿਤੇ ਦੀ ਸੋਚ ਹੋਏਗੀ, ਤੀਫੀ ਦਿੰਦਾ ਹੋਵੇ ਤਾਂ ਉਹਦੇ ਘਰਦਿਆਂ ਨੂੰ ਕੋਈ ਕੁਛ ਕਹਿ ਗਿਆ। ਅੱਲਾ ਦਾ ਅਜ਼ਾਬ ਆਇਆ ਉਹਨਾਂ ਦੇ ਘਰਾਂ 'ਚ, ਇਹਨੇ ਅੱਗ ਬਾਲੀ, ਉਹ ਅੱਗ ਦਾ ਸੇਕ ਆਇਆ ਜੇ। ਉਹ ਕਿਹਨੂੰ ਅੱਲਾ ਨੇ ਖੜਾ ਕੀਤਾ ਹੈ, ਕਿਹਨੂੰ ਨਹੀਂ? ਇਹ ਮਾਲਕ ਦਾ ਨਿਜ਼ਾਮ ਹੈ, ਇਸਦਾ ਜ਼ਿਲਤ ਜ਼ਿੰਦਗੀ ਮੌਤ ਉਹਦੇ ਹੱਥ ਹੈ, ਬੰਦਾ ਕੋਈ ਨਹੀਂ ਮਾਰ ਸਕਦਾ ਕਿਸੇ ਨੂੰ। ਅੱਲਾ ਨੇ ਉਹਨੂੰ ਝਟਕਾ ਦਿੱਤਾ ਕਿ ਤੇਰੀ ਹਿੰਮਤ ਨਹੀਂ ਹੈਗੀ ਮੁੰਡਿਆਂ ਦੇ ਕੰਮ ਕਰਨ ਵਾਲੀ, ਡੋਨਾ ਵਾਲੇ। ਇਹ ਮਾਫੀਆ ਵਾਲੀ ਉਮਰ ਹੀ, ਮਾਫੀਆ ਵਾਲੀ ਉਮਰ 'ਚ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ। ਇਹਨੇ ਗਲਤੀ ਕੀਤੀ, 4 ਬੰਦੇ ਮਰ ਕੇ, ਇਹ ਜ਼ਿੰਮੇਵਾਰ 4ਾਂ ਦਾ। ਕੀ ਮਸ਼ਵਰਾ ਦੇਣਾ ਚਾਹੋਗੇ ਆਉਣ ਵਾਲੇ ਟਾਈਮ ਵਿੱਚ? ਕੀ ਹੋਣਾ? ਉਹਨਾਂ ਕੋਲ ਮਾਫ਼ੀ ਮੰਗੇ, ਮੁਜ਼ੱਫਰ ਸ਼ਾਹ ਦੇ ਘਰ ਲਿਆਂ ਕੋ, ਕਿ ਭਾਅ ਜੀ ਮੇਰੀ ਵਜ੍ਹਾ ਤੋਂ ਤੁਹਾਡਾ ਬੰਦਾ ਗਿਆ, ਮੇਰੀ ਗਲਤੀ ਤੋਂ, ਠੀਕ ਹੈ? ਬਲਾਜ ਦੇ ਘਰ ਲਿਆਂ ਕੋ ਮਾਫ਼ੀ ਮੰਗੇ, ਕਿ ਮੇਰੀ ਗਲਤੀ ਤੋਂ ਗਿਆ। ਐਸਨ ਸ਼ਾਹ ਦੇ ਘਰ ਲਿਆਂ ਕੋ ਮਾਫ਼ੀ ਮੰਗੇ, ਕਿ ਮੇਰੀ ਗਲਤੀ ਤੋਂ ਗਿਆ। ਅਤੇ ਆਪਣੇ ਬਨੋਈ ਦੇ ਘਰ ਲਿਆਂ ਕੋ ਮਾਫ਼ੀ ਮੰਗਿਆ, ਆਪਣੀ ਇੰਚੀਰਾ ਕੋ, ਸਾਡੀ ਇੰਚੀਰਾ ਉਹਦਾ ਬਨੋਈ ਨੂੰ ਅੱਲਾ ਜੰਨਤ ਫਰਦੌਸ 'ਚ ਜਾਣਾ ਪੈ ਗਿਆ। ਨੇਕ ਇਨਸਾਨ ਪਰ ਗਲਤੀ ਕੀਤੀ, ਆਪਣੇ ਭਨੇਵੀਆਂ ਭਨੇਵਿਆਂ ਕੋ ਮਾਫ਼ੀ ਮੰਗੇ, ਅੱਲਾ ਕੋ ਮਾਫ਼ੀ ਮੰਗੇ, ਅਤੇ ਲਿਫ ਜਾਏ ਅਤੇ ਲਿਫਣ ਵਾਲੇ ਨੂੰ ਅੱਲਾ ਇੱਜ਼ਤ ਦਿੰਦਾ, ਟਰੱਕਾਂ ਵਾਲੇ ਵੀ ਲਿਖ ਜਾਣ, ਜੇ ਇੱਜ਼ਤ 'ਚ ਕਮੀ ਆਏਗੀ ਤਾਂ ਮੇਰਾ ਮੂੰਹ ਕਾਲਾ ਕਰ ਛੱਡਣਾ। ਆਕੜੇ ਦੇ ਤਾਂ ਟੁੱਟ ਜਾਣਗੇ ਦੋਵੇਂ ਕਾਰ, ਅੱਲਾ ਦਾ ਅਜ਼ਾਬ ਆ ਜਾਣਾ ਜਿਹਨੇ ਜ਼ੁਲਮ ਕੀਤਾ, ਸਮਝਦੇ? ਨੰਗੇ ਹੋ ਗਏ ਨੇ, ਅੱਗੇ ਦੁਸ਼ਮਣੀ ਹੋਰ ਟੈਪ ਸੀ, ਭੁੱਲ ਤਾਂ ਹੋਰ ਟੈਪ ਟੈਪ ਦੀਆਂ ਸਨ। ਹੁਣ ਮੀਡੀਆ ਦੌਰ, ਇੱਕ ਗੱਲ ਕਰੋ ਉਹਦੇ ਆਜ਼ਾਦ ਪ੍ਰੇਸ਼ਨ ਹੁੰਦਾ, ਠੀਕ ਹੈ? ਹੁਣ ਕਿਹੜੀ ਗੱਲ ਚੁੱਕ ਸਕਦੀ? ਇਹਨੇ ਆਪਣੇ ਮੁਫਾਦ ਵਾਸਤੇ ਕੀਤਾ, ਦੁਸ਼ਮਣੀ ਵਾਸਤੇ ਨਹੀਂ। ਲਾਹੌਰ ਦਾ ਮੈਂ ਵੱਡਾ ਡੋਨ, ਵੱਡਾ ਗਿਣਿਆ ਜਾਵਾਂ, ਸਿਰਫ ਲੜਾਈ ਨਾਮ ਦੀ ਹੈ ਕਿ ਲਾਹੌਰ ਦਾ ਮੈਂ ਹੀ ਫਾਈਨਲ ਗਿਣਿਆ ਜਾਵਾਂ? ਬਸ ਆ, ਹੋਰ ਤਾਂ ਕੋਈ ਨਹੀਂ, ਕਿ ਮੈਂ ਇੰਨਾ ਕੁ ਵੱਡਾ ਹੋ ਜਾਵਾਂ। ਪਰ ਵੱਡਾ ਤਾਂ ਉਹ ਆਪ, ਉਹ ਕੋਈ ਛੋਟਾ ਨਹੀਂ ਹੋ ਸਕਦਾ, ਉਹਦਾ ਪਿਆਰਾ ਮਹਿਬੂਬ ਛੋਟਾ ਹੈ। ਮੈਂ ਕਿਉਂ ਪੰਜ ਤਨ ਪਾਕ ਦਾ ਨਾਂ ਲੈਣਾ? ਅਸੀਂ ਉਸ ਘਰਾਨੇ ਦੇ ਗੁਲਾਮ ਹਾਂ ਜਾਂ ਉਸ ਘਰਾਨੇ ਦੇ ਬਾਗੀ ਹਾਂ? ਗੁਲਾਮ ਉਹ ਜੋ ਉਹਨਾਂ ਦੇ ਮੂੰਹੋਂ ਨਿਕਲ ਗਿਆ, ਅੱਲਾ ਤੇ ਲਾਏ ਦਸੋਣ ਦੇ ਅਤੇ ਉਹਨਾਂ ਦੀ ਆਲ ਔਲਾਦ ਦੇ ਸੁਹਾਵਾ ਦੇ। ਤੀਫੀ ਬੱਟ ਨੂੰ ਤੇ ਅੱਲਾ ਨੇ ਤਾਜਰ ਬਣਾਇਆ, ਮਾਲ ਦਿੱਤਾ, ਮਾਲ ਆਏ ਤਾਂ ਤਾਕਤ ਵੀ ਆ ਜਾਂਦੀ ਹੈ। ਅਤੇ ਜਦੋਂ ਤਾਕਤ ਦਾ ਗਲਤ ਇਸਤੇਮਾਲ ਹੋ ਜਾਏ, ਤਾਕਤ ਤਾਂ ਅੱਲਾ ਦਿੰਦਾ ਅਤੇ ਉਹ ਤਾਕਤ ਖੋ ਵੀ ਲੈਂਦਾ। ਤੀਫੀ ਬੱਟ ਤਾਂ ਤਾਜਰ ਸੀ ਮਾਰਕੀਟਾਂ ਦਾ, ਸਮਝਦੇ ਹੋ? ਪਲਾਜ਼ਿਆਂ ਦਾ, ਗੱਡੀਆਂ ਦਾ, ਇਹ ਬਣ ਗਿਆ ਬੰਦਿਆਂ ਦਾ ਬਲਾਜ ਦਾ। ਇਹਨੇ 5 ਕਰੋੜ ਰੁਪਇਆ ਉਹਦਾ ਮੁੱਲ ਲਾ ਦਿੱਤਾ, ਅਤੇ ਐਸਨ ਸ਼ਾਹ ਅੱਗੋਂ ਵੇਚਣ 2 ਰੁਪਇਆ ਲਾਲਚ ਚਾ ਕੇ। ਅਤੇ ਫਿਰ ਲਾਲਚੀ ਕਹਿੰਦੇ ਨੇ ਨਹੀਂ ਹੋਣਾ ਚਾਹੀਦਾ, ਮੈਂ ਕਹਿੰਦਾ ਲਾਲਚੀ ਹੋਣਾ ਚਾਹੀਦਾ। ਕਿਸ ਚੀਜ਼ ਦਾ ਪੁੱਛੋ? ਕਿਸ ਚੀਜ਼ ਦਾ ਲਾਲਚੀ ਹੋਣਾ ਚਾਹੀਦਾ? ਅੱਛੇ ਕੰਮਾਂ ਦਾ, ਸਮਝਦੇ? ਨੇਕੀਆਂ ਦਾ,
ਇਹ ਲਾਲਚ ਹੋਣਾ ਚਾਹੀਦਾ, ਕਿਸੇ ਦਾ ਬੁਰਾ ਸੋਚਣਾ, ਕਿਸੇ ਦਾ ਮਾਲ ਖਾਣਾ, ਇਹ ਲਾਲਚ ਨਹੀਂ ਹੋਣਾ ਚਾਹੀਦਾ। ਉਹ ਲਾਲਚੀ ਸੀ, ਮਾਲ ਦਾ ਭੁੱਖਾ ਸੀ, ਤਥਿਆ ਸੀ, ਬਲਾਜ ਦੀਆਂ ਕਾਪੀਆਂ ਕਰ ਕਰਕੇ ਉਹਨੇ ਕਿਹਾ ਮੈਂ ਬਲਾਜ ਹੀ ਬਣ ਜਾਵਾਂ, ਇਹ ਉਹਦੀ ਸੋਚ ਸੀ। ਠੀਕ ਹੈ, ਅਤੇ ਫਿਰ ਇੱਕ ਅੱਲਾ ਦੀ ਸੋਚ ਬਣ ਗਿਆ, ਉਹਨੇ ਕਿਹਾ ਜਾ ਬਲਾਜ ਦੇ ਪਿੱਛੇ ਚਲਾ ਗਿਆ, ਜਾ ਤੈਨੂੰ ਆਪ ਹੀ ਪੁੱਛੇਗਾ ਕਿ ਮੈਂ ਤਾਂ ਕੀ ਕੀਤਾ, ਪਿੱਛੇ ਕੌਣ ਹੈ। ਦੇਖੋ ਬਿਮਾਰੀ ਲੱਗਦੀ ਹੈ ਨਾ, ਮੈਡੀਸਨ ਖਾਂਦੇ ਨੇ, ਪੇਨ ਕਿਲਰ, ਉਹਦਾ ਹੱਲ ਨਹੀਂ ਹੈਗਾ, ਉਹਨੂੰ ਜੜ੍ਹ ਤੋਂ ਮੁਕਾਉਣਾ ਚਾਹੀਦਾ। ਜੜ੍ਹ ਕੀ ਹੁੰਦੀ? ਜੜ੍ਹ ਤਾਂ ਤੀਫੀ ਬੱਟ ਹੈ, ਅੱਗੇ ਮੋਹਰੇ ਚਲਾਏ, ਚਾਰ ਚਲੇ ਗਏ ਦੁਨੀਆਂ ਤੋਂ, ਕਿੱਡਾ ਅੱਛਾ ਨਾਂ ਸੀ ਜਵੇਦ ਬੱਟ ਦਾ, ਕਿੱਡੀ ਅੱਛੀ ਪਰਸਨੈਲਿਟੀ, ਬਹੁਤ ਤਾਰੀਫ ਕਰਦੇ ਪਏ ਲੋਕ, ਹਰ ਬੰਦੇ ਨੇ ਤਾਰੀਫ ਕੀਤੀ ਹੈ। ਅਤੇ ਜਿੰਨਾ ਮੈਨੂੰ ਬਲਾਜ ਦਾ ਦੁੱਖ ਹੋਇਆ, ਇੰਨਾ ਹੀ ਮੈਨੂੰ ਜਵੇਦ ਬੱਟ ਦਾ ਹੋਇਆ। ਕਸਮ ਲੱਗਦਾ ਅੱਗੇ ਮੈਂ ਬੋਲਣਾ ਸਾਂ ਤੀਫੀ ਦੇ ਖਿਲਾਫ, ਜਿਹਨੇ ਜਿਆਦਤੀ ਕੀਤੀ ਹੈ, ਪਰ ਅੱਲਾ ਨੇ ਇਹਦੇ ਨਾਲ ਕਰ ਛੱਡੀ ਹੈ, ਉਹ ਤਾਂ ਇੰਨਾ ਘਰ ਨਹੀਂ ਹੈ ਕਿ ਉਹ ਕਰ ਗਿਆ। ਮਤਲਬ ਟਰੱਕਾਂ ਨਾਲ ਫੈਮਿਲੀ ਨਹੀਂ ਕਰ ਸਕਦੀ? ਨਾ ਨਾ, ਕੈਸਰ ਬੱਟ ਵੀ ਤੀਫੀ ਦੇ ਹੁੰਦਿਆਂ ਕਰ ਗਿਆ, ਕਿ ਤੇਰੀ ਸੋਚ ਹੋਏਗੀ, ਤੀਫੀ ਦਿੰਦਾ ਹੋਵੇ ਤਾਂ ਉਹਦੇ ਘਰਦਿਆਂ ਨੂੰ ਕੋਈ ਕੁਛ ਕਹਿ ਜਾ। ਅੱਛਾ, ਅੱਲਾ ਦਾ ਸਾਹਬ ਆਇਆ ਉਹਨਾਂ ਦੇ ਘਰਾਂ 'ਚ, ਇਹਨੇ ਅੱਗ ਬਾਲੀ, ਉਹ ਅੱਗ ਦਾ ਸੇਕ ਆਇਆ ਜੇ, ਉਹ ਕਿਹਨੂੰ ਅੱਲਾ ਨੇ ਖੜਾ ਕੀਤਾ, ਕਿਹਨੂੰ ਨਹੀਂ,